ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੀ ਅਸੀਂ ਇੰਗਲੈਂਡ ਦੇ ਸ਼ਹਿਰ ਕੁਐਂਟਰੀ ਦੇ ਵਿੱਚ ਬੈਠੇ ਹੋਏ ਹਾਂ ਜੀ। ਸੋ ਪ੍ਰੈਕਟਿਸ ਕਰ ਰਹੇ ਸੀਗੇ ਅਤੇ ਮਨ ਕੀਤਾ ਅੱਜ ਅਸੀਂ ਵਲੋਗ ਬਣਾਈਏ, ਕਿਉਂਕਿ ਪਿਛਲੇ ਸਾਡੇ ਪ੍ਰੈਕਟਿਸ ਸੈਸ਼ਨ ਵਲੋਗ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੀ ਅਤੇ ਉਹ ਅਸੀਂ ਇੰਡੀਆ ਵਿੱਚ ਕੀਤਾ ਸੀ। ਅੱਜ ਅਸੀਂ ਇੰਗਲੈਂਡ ਬੈਠੇ ਹਾਂ ਅਤੇ ਇੰਗਲੈਂਡ ਦੇ ਵਿੱਚ ਕਿਸ ਤਰ੍ਹਾਂ ਵਲੋਗ ਬਣਾਇਆ ਜਾਂਦਾ ਉਹ ਤੁਸੀਂ ਦੇਖੋ। ਸੋ ਜਸਟ ਬੈਠੇ ਹੋਏ ਸੀਗੇ ਅਤੇ ਮਨ ਕੀਤਾ ਵੀ ਆਪਾਂ ਸਾਰੇ ਰਲ ਮਿਲ ਕੇ ਕੀਰਤਨ ਕਰੀਏ। ਸੋ ਅੱਜ ਦਾ ਇਹ ਵਲੋਗ ਸਾਰਾ ਪ੍ਰੈਕਟਿਸ ਸੈਸ਼ਨ 'ਤੇ ਹੀ ਆ। ਅਸੀਂ ਪ੍ਰੈਕਟਿਸ ਕਰਦੇ ਹਾਂ, ਕਿੱਦਾਂ ਕਰਦੇ ਹਾਂ। ਇੱਕ ਕੰਪੋਜੀਸ਼ਨ ਹੈ ਸਾਡੀ, ਨਾਨਕ ਕਹਿ ਸੁਣ ਰੇ ਮਨਾ, ਕਰ ਕੀਰਤਨ ਹੋਏ ਉਧਾਰ। ਆਓ ਜੀ ਬੜੇ ਪਿਆਰ ਨਾਲ ਆਪਾਂ ਸਾਰੇ ਗਾਈਏ। ਕਰ ਕੀਰਤਨ, ਕਰ ਕੀਰਤਨ ਹੋਏ।
ਕਰਕੇ ਅਸੀਂ ਪ੍ਰੈਕਟਿਸ ਕਰੀ ਦੀ ਕੁਛ ਨਵੇਂ ਸ਼ਬਦਾਂ ਦੀ, ਅਤੇ ਕੁਝ ਜਿਹੜੇ ਕੀਤੇ ਹੋਏ ਨੇ ਕਾਫੀ ਟਾਈਮ ਤੋਂ ਪੜ੍ਹੇ ਨਹੀਂ ਹੁੰਦੇ ਉਹਨਾਂ ਦੀ ਵੀ ਪ੍ਰੈਕਟਿਸ ਅਸੀਂ ਕਰਦੇ ਹਾਂ। ਸਿਮਰਨਜੀਤ ਸਿੰਘ ਜੋ ਕਿ ਸਾਡੇ ਨਾਲ ਨਵਾਂ ਸਿੰਘ ਆਇਆ ਮੁੰਡਾ, ਬਹੁਤ ਹੀ ਸੁਰੀਲਾ, ਬਹੁਤ ਹੀ ਚੰਗੇ ਸੁਭਾਅ ਦਾ। ਅਮਨਜੋਤ ਸਿੰਘ ਤੁਸੀਂ ਜਾਣਦੇ ਹੋ ਸਾਰੇ, ਇਹ ਮਸ਼ਹੂਰ ਬੰਦਾ ਹੋ ਗਿਆ ਬਹੁਤ ਜ਼ਿਆਦਾ ਹੁਣ। ਸੋ ਪ੍ਰੈਕਟਿਸ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਜੀ, ਕਿਉਂਕਿ ਭਾਵੇਂ ਅਸੀਂ ਸਕੂਲ ਜਾਈਏ ਭਾਵੇਂ ਕਿਤੇ ਵੀ ਜਾਈਏ, ਹੋਮਵਰਕ ਹੋਣਾ ਬੜਾ ਜ਼ਰੂਰੀ ਹੈ। ਜਿਹੜਾ ਬੰਦਾ ਹੋਮਵਰਕ ਵਧੀਆ ਕਰਦਾ ਉਹ ਸਟੇਜ 'ਤੇ ਜਾਂ ਕਿਤੇ ਵੀ ਆਪਣਾ ਪ੍ਰੋਫੈਸ਼ਨ ਦੇ ਵਿੱਚ, ਉਹ ਕੰਮ ਤਾਂ ਹੀ ਪੂਰਾ ਕਰ ਸਕਦਾ ਉਹਦਾ ਹੋਮਵਰਕ ਪੂਰਾ ਹੋਇਆ ਹੋਵੇ, ਘਰ ਦਾ ਕੰਮ ਕੀਤਾ ਜ਼ਰੂਰ ਹੋਵੇ। ਆਪਾਂ ਬੱਚਿਆਂ ਨੂੰ ਵੀ ਕਹਿੰਦੇ ਹਾਂ ਨਾ ਵੀ ਬੇਟਾ ਹੋਮਵਰਕ ਕਰ, ਅਤੇ ਤਾਂ ਸਕੂਲ ਤੈਨੂੰ ਹੋਰ ਈਜ਼ੀ ਹੋ ਜਾਏਗਾ ਪੜ੍ਹਾਈ ਕਰਨਾ। ਸਹੀ, ਸੋ ਇਹ ਹੋਮਵਰਕ ਹੈ ਜੀ ਸਾਡੇ ਲਈ, ਰਿਆਜ਼ ਕਰਨਾ, ਪ੍ਰੈਕਟਿਸ ਕਰਨਾ ਇਹ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਜੀ। ਅਤੇ ਕਿਉਂਕਿ ਸਟੇਜ 'ਤੇ ਅਕਸਰ ਜ਼ੋਰ ਜ਼ਿਆਦਾ ਲੱਗਦਾ ਅਤੇ ਗਲਾ ਖਰਾਬ ਹੁੰਦਾ ਹੈ, ਈਵਨ ਕਿ ਹੱਥ ਵੀ ਖਰਾਬ ਹੁੰਦਾ, ਉਹਨੂੰ ਘਰ ਸੁਧਾਰ ਕਰਨ ਲਈ ਘਰ ਦਾ ਰਿਆਜ਼ ਬੜਾ ਜ਼ਰੂਰੀ ਹੈ। ਜਦੋਂ ਅਸੀਂ ਘਰ ਬੈਠੇ ਰਿਆਜ਼ ਕਰਦੇ ਹਾਂ ਉਹਦੇ ਨਾਲ ਤੁਹਾਡਾ ਗਲਾ ਬਣਦਾ, ਤੁਹਾਡੀ ਰੇਂਜ ਕਲੀਅਰ ਹੁੰਦੀ ਹੈ, ਸ਼ਾਰਪ ਹੁੰਦੀ ਹੈ, ਤੁਹਾਡੀ ਜਿਹੜੀ ਪਾਵਰ ਵੱਧਦੀ ਹੈ ਜਦੋਂ ਆਪਾਂ ਘਰ ਦਾ ਰਿਆਜ਼ ਕਰਦੇ ਹਾਂ। ਉਹ ਭਾਵੇਂ ਕਈ ਲੋਕ ਮੈਨੂੰ ਪੁੱਛਦੇ ਹੁੰਦੇ ਆ ਬਈ ਭਾਈ ਸਾਹਿਬ ਉਹ ਸਕੇਲ ਵਧਾਉਣ ਲਈ ਕੀ ਕਰਨਾ ਚਾਹੀਦਾ। ਸਕੇਲ ਪਰਮਾਤਮਾ ਨੇ ਜਿਹੜਾ ਇੱਕ ਤੁਹਾਨੂੰ ਬਖਸ਼ਿਸ਼ ਕਰ ਦਿੱਤਾ, ਸਕੇਲ ਉਹੀ ਰਹਿਣਾ ਵਾ, ਸਕੇਲ ਨਹੀਂ ਕਦੀ ਵੱਧ ਘੱਟ ਸਕਦਾ। ਜੇ ਸਕੇਲ ਵੱਧ ਘੱਟ ਸਕਦਾ ਹੁੰਦਾ ਤਾਂ ਇੰਨੇ ਇੰਨੇ ਮਹਾਨ ਜਿਹੜੇ ਸਿੰਗਰ ਹੋਏ ਨੇ, ਮੈਂ ਤੁਸੀਂ ਨਾਮ ਜਾਣੂ ਹੀ ਹੋ, ਜਿੱਦਾਂ ਜਗਜੀਤ ਸਿੰਘ ਜੀ ਹੋਏ ਨੇ, ਉਹਨਾਂ ਨੇ ਸਾਰੀ ਉਮਰ ਗ੍ਰਾਮ ਦੇ ਵਿੱਚ ਹੀ ਗਾਇਆ, ਨੀਵਾਂ ਨੀਵਾਂ ਗਾਇਆ, ਕਿਉਂਕਿ ਉਹਨਾਂ ਦਾ ਕੁਆਲਿਟੀ ਹੋ ਗਈ ਸੀਗੀ, ਉਹਨਾਂ ਦਾ ਇੱਕ ਦਾਇਰਾ ਸੀ ਗਲੇ ਦਾ, ਅਤੇ ਉਹਨਾਂ ਨੇ ਉੱਥੇ ਰਹਿ ਕੇ ਗਾਇਆ। ਆਪਣੇ ਸਕੇਲ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ। ਆਪਣੇ ਸਕੇਲ ਤੋਂ ਨਾ ਤੁਸੀਂ ਜਿਹੜਾ ਤੁਸੀਂ ਇੱਕ ਪਹਿਲਾ ਕਾਲਾ ਰੱਖ ਲਓ ਅਤੇ ਆਪਣੇ ਸਕੇਲ ਨੂੰ ਪਛਾਣੋ ਵੀ ਆਪਣੇ ਸਕੇਲ ਤੋਂ ਤੁਸੀਂ ਚਾਰ ਸੁਰਾਂ ਉੱਤੇ ਜਾ ਸਕੋ, ਚਾਰ ਪੰਜ ਸੁਰਾਂ, ਅਤੇ ਚਾਰ ਪੰਜ ਸੁਰਾਂ ਥੱਲੇ ਆ ਸਕੋ, ਇਹ ਤੁਹਾਡਾ ਸਕੇਲ ਹੈ ਬੇਸਿਕਲੀ। ਜੇ ਤੁਸੀਂ ਸਾ ਤੋਂ ਚਾਰ ਪੰਜ ਸੁਰਾਂ ਥੱਲੇ ਆ ਜਾਂਦੇ ਹੋ, ਉੱਪਰਲੇ ਸਾ ਤੋਂ ਚਾਰ ਪੰਜ ਸੁਰਾਂ ਉੱਤੇ ਚਲੇ ਜਾਂਦੇ ਹੋ, ਦੈਟ ਮੀਨ ਇਹ ਤੁਹਾਡਾ ਆਪਣਾ ਸਕੇਲ ਹੈ। ਇਹ ਹੁਣ ਤੁਸੀਂ ਆਪਣੇ ਸਕੇਲ ਨੂੰ ਪਛਾਣੋ, ਭਾਵੇਂ ਦੂਜਾ ਕਾਲਾ ਰੱਖ ਲਓ, ਚਾਹੇ ਪਹਿਲਾ ਕਾਲਾ ਰੱਖ ਲਓ, ਜਾਂ ਪੰਜਵਾਂ ਕਾਲਾ ਥੱਲੇ ਰੱਖ ਲਓ ਜੇ ਤੁਹਾਡਾ ਗਲਾ ਭਾਰਾ ਤਾਂ। ਸੋ ਇਹ ਆਪਣੇ ਸਕੇਲ ਨੂੰ ਪਛਾਣਨਾ ਬਹੁਤ ਜ਼ਰੂਰੀ ਹੁੰਦਾ। ਹਾਂ, ਤੁਸੀਂ ਆਪਣੇ ਸਕੇਲ ਨੂੰ ਆਵਾਜ਼ ਨੂੰ ਕਲੀਅਰ ਕਰ ਸਕਦੇ ਹੋ ਉੱਪਰਲੀਆਂ ਸੁਰਾਂ ਨੂੰ ਜੇ ਤੁਸੀਂ ਅੱਛੇ ਤਰੀਕੇ ਨਾਲ ਲਗਾਉਣਾ, ਅਤੇ ਤੁਹਾਨੂੰ ਸਾਹ ਦਾ ਰਿਆਜ਼ ਗ੍ਰਾਮ ਦੇ ਵਿੱਚ ਕਰਨਾ ਬਹੁਤ ਜ਼ਰੂਰੀ ਹੈ। ਰੋਜ਼ ਗ੍ਰਾਮ ਦਾ ਰਿਆਜ਼ ਕਰਿਆ ਕਰੋ, ਥੱਲੇ ਵਾਲੀਆਂ ਸੁਰਾਂ ਦਾ ਰਿਆਜ਼ ਕਰਿਆ ਕਰੋ, ਤਾਂ ਜੋ ਤੁਹਾਡੀਆਂ ਉੱਪਰ ਵਾਲੀਆਂ ਸੁਰਾਂ ਉਹ ਹੋਰ ਖੁੱਲ੍ਹ ਸਕਣ, ਵਧੀਆ ਲੱਗ ਸਕਣ, ਇਹ ਬਹੁਤ ਜ਼ਰੂਰੀ ਚੀਜ਼ਾਂ ਹੁੰਦੀਆਂ। ਬਿਲਕੁਲ ਸਿਮਰਨ ਜੀ, ਸਹੀ ਗੱਲ ਹੈ, ਤੁਸੀਂ ਦੱਸੋ ਕੁਛ। 100% ਭਾਅ ਜੀ ਸਹੀ ਗੱਲ ਹੈ, ਬਾਕੀ ਕੁਆਲਿਟੀ ਜਿਹੜੀ ਮਾਲਕ ਵੱਲੋਂ ਬਖਸ਼ੀ ਆ ਉਹ ਥੋੜੀ ਚੇਂਜ ਕਰ ਸਕਦੇ ਹਾਂ, ਜਿਹੜੀ ਪੋਲਿਸ਼ ਜ਼ਰੂਰ ਕਰ ਸਕਦੇ ਆ ਆਪਾਂ ਰਿਆਜ਼, ਜਿਹੜੀ ਟੋਨ ਮਿਲੀ ਹੈ ਟੋਨ ਉਹੀ ਰਹਿਣੀ ਹੈ, ਜਿਹੜਾ ਸਕੇਲ ਮਿਲਿਆ ਆਪਾਂ ਨੂੰ ਹਾਂਜੀ ਸਕੇਲ ਉਹੀ ਰਹਿਣਾ ਹੈ। ਸੋ ਇਹ ਕੁਝ ਗੱਲਾਂ ਹੁੰਦੀਆਂ ਜੀ, ਅਤੇ ਹੋਰ ਸ਼ਬਦ ਸੁਣਾ ਦਈਏ ਹੋਰ ਕਰ ਲਓ। ਉੱਦਾਂ ਤਾਂ ਅਸੀਂ 3-4-5 ਘੰਟੇ ਬੈਠੇ ਰਹਿੰਦੇ ਹਾਂ, ਪਰ ਜੇ ਐਡਾ ਵੱਡਾ ਵਲੌਗ ਬਣਾ ਤਾ ਤੇ ਤਾਂ ਫਿਰ ਫਿਲਮ ਬਣ ਜਾਣੀ ਪੂਰੀ। ਇੱਕ ਸ਼ਬਦ ਤੁਹਾਨੂੰ ਹੋਰ ਸੁਣਾਉਂਦੇ ਹਾਂ ਜੀ, ਕਿਹੜਾ ਸੁਣਾਈਏ ਭਲਾ, ਕਿੱਦਾਂ ਕਰੋ ਜਿਹੜਾ ਮਰਜ਼ੀ ਸੁਣਾ, ਇਹ ਵੀ ਗੱਲ ਠੀਕ ਹੈ। ਹੁਣ ਸਾਵਣ ਦਾ ਮਹੀਨਾ ਆ ਰਿਹਾ, ਇੱਕ ਕੰਪੋਜੀਸ਼ਨ ਹੈ ਮੇਘ ਵਰਸਾ ਸਭਨੀ ਥਾਈਂ, ਤੁਸੀਂ ਸ਼ਾਇਦ ਸੁਣਿਆ ਹੋਏਗਾ ਇਹ ਸ਼ਬਦ, ਯੂਟਿਊਬ ਚੈਨਲ 'ਤੇ ਅਸੀਂ ਪਾਇਆ ਹੋਇਆ। ਮੇਘ ਵਰਸਾ ਸਭਨੀ ਥਾਈਂ ਭਏ ਕਿਰਪਾਲ ਗੋਬਿੰਦ ਗੁਸਾਈ, ਬਹੁਤ ਪਿਆਰਾ ਸ਼ਬਦ ਹੈ, ਅਤੇ ਉਹ ਆਪ ਜੀ ਨੂੰ ਸ਼ਰਵਣ ਕਰਾਉਂਦੇ ਹਾਂ ਜੀ। ਮੇਘ
ਕਲਾਸੀਕਲ ਤੁਸੀਂ ਇਹਨੂੰ ਬੰਦਿਸ਼ ਕਹਿ ਸਕਦੇ ਹੋ ਇਹ ਕਿਉਂਕਿ ਸ਼ਬਦ ਵੀ ਸ਼ੁਰੂ ਹੁੰਦਾ ਮੇਘ ਵਰਸੈ ਸਭਨੀ ਥਾਈ ਕੋਸ਼ਿਸ਼ ਕੀਤੀ ਉਹ ਮੇਘ ਵਾਲੀਆਂ ਸੁਰਾਂ ਹੀ ਰਹਿਣ ਅਤੇ ਮਧਮਾਤ ਸਾਰੀ ਅਤੇ ਮੇਘ ਰਾਗ ਦੀਆਂ ਸੁਰਾਂ ਲਗਭਗ ਇੱਕੋ ਹੀ ਚੱਲਣ ਦਾ ਫਰਕ ਚੱਲਣ ਦਾ ਥੋੜ੍ਹਾ ਬਹੁਤਾ ਫਰਕ ਹੈ ਅਤੇ ਸੋ ਇਹ ਹੈ ਜੀ ਮੇਘ ਵਰਸੈ ਸਭਨੀ ਥਾਈ ਦੀਨ ਦਿਆਲ ਸਦਾ ਕਿਰਪਾਲਾ ਠਾਂਡ ਪਾਏ ਕਰਤਾਰੇ ਜੀ ਤੁਸੀਂ ਕੋਈ ਸੋਲੋ ਸੁਣਾਉਣੀ ਹੈ ਮੈਂ ਨਹੀਂ ਮਹਾਰਾਜ ਸੋਲੋ ਅਸੀਂ ਇੰਨੇ ਜੋਗੇ ਕਿੱਥੇ ਸੋਲੋ ਸੁਣਾ ਸਕਦੇ ਬਹੁਤ ਸੋਲੋ ਸਾਨੂੰ ਤਾਂ ਸਵੇਰ ਦੀਆਂ ਸੋਲੋ ਸੁਣਾ ਰਿਹਾ ਅਤੇ ਹੁਣ ਕੈਮਰਾ ਚੱਲਿਆ ਅਤੇ ਭਾਈ ਸਾਹਿਬ ਕਹਿੰਦੇ ਕੈਮਰੇ ਸਾਹਮਣੇ ਸੋਲੋ ਠੋਸ ਹੋ ਜਾਂਦੀ ਪਿਆਰ ਦਿੰਦੇ ਹੋ ਪਰ ਅਸੀਂ ਕੁਛ ਵੀ ਨਹੀਂ ਸਵੇਰ ਦਾ ਕਮਰਾ ਕਮਰਾ ਹਿਲਾਇਆ ਪਿਆ ਸੀਗਾ ਅਮਨਜੋਤ ਨੇ ਅਤੇ ਰਿਆਜ਼ ਕਰ ਕਰਕੇ ਅਸੀਂ ਕਿਹਾ ਵੀ ਚਲੋ ਅਸੀਂ ਵੀ ਨਾਲ ਹਿਲਾ ਲਈਏ ਕਮਰਾ ਥੋੜ੍ਹਾ ਜਿਹਾ ਤੁਹਾਡੇ ਕਰਕੇ ਮਾਰੇ ਕਮਰੇ ਹਿਲਦੇ ਮੈਂ ਇਕੱਲਾ ਕਿੱਥੋਂ ਲਾ ਸਕਦਾ Yeah.
ਬਰਸ਼ ਨਹੀਂ ਪਈ ਹੁੰਦਾ ਬਾਹਰ ਮੌਸਮ ਹੋਰ ਅੱਛਾ ਹੋ ਗਿਆ ਧੁੱਪ ਚੜ ਗਈ ਧੁੱਪ ਚੜ ਗਈ ਇਹ ਥੋੜਾ ਜਿਹਾ ਲੱਗਦਾ ਅਸੀਂ ਕੁਛ ਗਲਤ ਕਰ ਲਿਆ ਇਹ ਬਾਰਿਸ਼ ਵੀ ਦੱਸ ਧੁੱਪ ਚੜ ਗਈ ਹੈ ਸਹੀ ਗੱਲ ਅਸੀਂ ਤਾਂ ਬੜੇ ਇੱਕ ਜ਼ਮੀਨੀ ਲੈਵਲ ਦੇ ਕਹਿ ਲਓ ਵੀ ਗਾਉਣ ਵਾਲੇ ਅਸੀਂ ਕੀਰਤਨੀ ਹਾਂ ਅਤੇ ਦੁਨੀਆ ਗਾਉਣ ਵਾਲੀ ਪਤਾ ਨਹੀਂ ਕਿੱਥੇ ਕਿੱਥੇ ਬੈਠੀ ਹੈ ਜਿਹੜੇ ਗਾ ਕੇ ਸੱਚੀ ਵਿੱਚ ਮੀਂਹ ਪਵਾ ਦਿੰਦੇ ਆ ਮਲਹਾਰ ਗਾ ਕੇ ਅਤੇ ਉਹ ਇੱਕ ਅਵਸਥਾ ਬਣ ਜਾਂਦੀ ਹੈ ਰਿਆਜ਼ ਕਰ ਕਰਕੇ ਕਰ ਕਰਕੇ ਕਰ ਕਰਕੇ ਮਨੁੱਖ ਦੇ ਹੱਥ ਵਿੱਚ ਨਾ ਪਰਮਾਤਮਾ ਨੇ ਉਹ ਸਭ ਕੁਛ ਦਿੱਤਾ ਹੋਇਆ ਜੇ ਮਨੁੱਖ ਰਿਆਜ਼ ਕਰੇ ਪ੍ਰੈਕਟਿਸ ਕਰੇ ਹਰ ਚੀਜ਼ ਦੀ ਰੂਟੀਨ ਨਾਲ ਅਤੇ ਪਰਮਾਤਮਾ ਨੂੰ ਵੀ ਪਾਇਆ ਜਾ ਸਕਦਾ ਜੇ ਰੋਜ਼ ਉਸ ਵਾਹਿਗੁਰੂ ਨੂੰ ਯਾਦ ਕਰੀਏ ਪਲ ਪਲ ਯਾਦ ਕਰੀਏ ਅਤੇ ਵਾਹਿਗੁਰੂ ਨੂੰ ਵੀ ਪਾਇਆ ਜਾ ਸਕਦਾ ਹੈ ਸੋ ਹਰ ਚੀਜ਼ ਮਨੁੱਖ ਦੇ ਹੱਥ ਵਿੱਚ ਹੈ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਸਾਡਾ ਪ੍ਰੈਕਟਿਸ ਸੈਸ਼ਨ ਅਸੀਂ ਤੁਹਾਡੇ ਲਈ ਸਮਾਪਤੀ ਕਰਦੇ ਹਾਂ ਕਿਉਂਕਿ ਬਹੁਤ ਲੰਬਾ ਹੋ ਜਾਏਗਾ ਅਸੀਂ ਹਾਲੇ ਕਰੀ ਜਾਣਾ ਵੈਸੇ ਅਤੇ ਧੰਨਵਾਦ ਤੁਹਾਡਾ ਬਹੁਤ ਬਹੁਤ ਫਿਰ ਅਗਲਾ ਵਲੋਗ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਜੇ ਤੁਹਾਨੂੰ ਸਾਡਾ ਇਹ ਪ੍ਰੈਕਟਿਸ ਸੈਸ਼ਨ ਪਸੰਦ ਆਇਆ ਤਾਂ ਕਿਹੜੀ ਰੀਜ਼ਨ ਤੋਂ ਹੋਇਆ ਅਸੀਂ ਆਪਣੀ ਖਾਮੀਆਂ ਲੱਭਾਂਗੇ ਜੇ ਪਸੰਦ ਆਇਆ ਤਾਂ ਲਾਈਕ ਕਰ ਦੇਣਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ